ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਰ ਜੀ, ਅੱਜ ਆਪਣੀ ਵਿਜਿਟ ਹੈਗੀ ਆ ਪਿੰਡ ਬਹਾਦਰਪੁਰ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਅੱਜ ਫਿਰ ਬਾਈਆਂ ਕੋਲੋਂ ਵੀ 8-10 ਲੱਖ ਰੁਪਏ ਝੋਟੀਆਂ ਸੇਲ ਆ। ਅਤੇ ਤੁਹਾਨੂੰ ਪਤਾ ਹੀ ਹੈ ਜੀ, ਬਿਲਕੁਲ ਜਾਇਜ਼ ਕੀਮਤ ਦੇ ਪਸ਼ੂ ਹੁੰਦੇ ਆ, ਪਰ ਝੋਟੀਆਂ ਵੀ ਜਿਹੜੀਆਂ ਲੈ ਕੇ ਆਉਂਦੇ ਬਾਈ ਨੂੰ ਸਾਰਾ ਹਰਿਆਣੇ ਮਾਲ ਲੈ ਕੇ ਆਉਂਦੇ ਆ। ਚਲੋ ਅੱਜ ਕਾਲੇ ਝੋਟੇ ਨਾਲ ਨੀਲੇ ਝੋਟੇ ਵੀ ਬੜੇ ਟੋਪ ਟੋਪ ਦੀਆਂ, ਅਤੇ ਆਉਣ ਵੀਰ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ, ਕੀ ਮਿਲ ਕਰ ਕੋੜਾ। ਉਸ ਤੋਂ ਪਹਿਲਾਂ ਵੀਰ ਜੀ, ਤਾਂ ਕੈਸਟ ਤੋਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸੱਲੀ ਖਰੀਦੋ, ਨਾਲੇ ਵੀਡੀਓ ਬਾਤ ਸ਼ੇਅਰ ਕਰ ਦਿਆ ਕਰੋ, ਤੁਹਾਨੂੰ ਗਾਹ ਜੇ ਵੀ ਫਾਇਦਾ ਹੋ ਸਕੇ। ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ। ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਜੀ ਕਿੱਦਾਂ ਜੀ? ਚਲੋ, ਕਿਵੇਂ ਚੱਲ ਰਿਹਾ ਕੰਮ? ਵਧੀਆ ਚੱਲੀ ਜਾਂਦਾ ਵੇ। ਅੱਜ ਡਿਊਟੀ ਤੁਹਾਡੀ ਲੱਗ ਗਈ ਫਿਰ? ਹਾਂਜੀ, ਉਹ ਵੱਡਾ ਗਿਆ ਸੀਗਾ ਕਿਤੇ, ਉਹ ਥੋੜਾ ਮੈਂ ਲੇੜਾ ਧੁੰਦ ਬੜੀ ਸੀ ਜੀ। ਹੁਣ ਇਹ ਗਿਆ 1 ਘੰਟਾ ਕੀ ਹੋ ਗਿਆ। ਚਲੋ ਚਲੋ ਚਲੋ। ਹਾਂਜੀ ਹਾਂਜੀ। ਅੱਜ ਬਾਜੀ ਫਿਰ ਕਿੰਨੇ ਝੋਟੀਆਂ? ਬਾਜੀ 8 ਵੀ ਝੋਟੀਆਂ ਜੀ। ਹੈ? 8 ਵੀ ਝੋਟੀਆਂ ਜੀ। ਝੋਟੀਆਂ ਫਿਰ ਸਾਰੇ ਸਿਰਾਈ 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 ਲੈ ਕੇ ਆਉਂਦੇ। ਚਲੋ ਦੱਸੋ ਫਿਰ ਇਹਦੇ ਬਾਰੇ। ਬਾਜੀ ਆ 6 ਦੰਦ ਜੀ। ਗੱਬਣ ਹੈ ਜੀ? ਹਾਂਜੀ ਗੱਬਣ ਜੀ। ਅੱਛਾ, ਗੱਬਣ ਝੋਟੀ 6 ਦੰਦ, ਤੇ ਨਾਲੇ ਹੈ ਵੀ ਕਾਲੀ ਸ਼ਾ। ਲੈ ਚਲੋ ਤੋਰੋ। ਅਸਲ ਆ? ਹਾਂਜੀ ਅਸਲ ਬਰੀਡ ਭਾਈ, ਅਸਲ ਬਰੀਡ ਆ। ਬਿਲਕੁਲ ਜੀ ਬਿਲਕੁਲ, ਦੇਖੋ ਜੀ ਅਸਲ ਬਰੀਡ ਤੇ ਝੋਟੀ ਦਾ ਲੇਵਾ ਮੈਂ ਬਸ ਠੀਕ ਹੈ ਵੀ ਦੱਸਦਾ ਜੀ। ਆਹ ਵੇਖੋ ਵੱਡੀ ਝੋਟੀ ਆ, ਨਾਲੇ ਬਿਲਕੁਲ ਛੋਟੀ ਝੋਟੀ ਨਹੀਂ ਗੀ, 6 ਦਾ ਬਿੰਦੀਆਂ ਵਾਲਾ ਜੱਡਾ। ਘੁਮਾਓ ਮਾੜਾ ਜੀ, ਮੂੰਹ ਦਿਖਾਓ, ਲਓ ਜੀ ਥੱਲੇ ਕਰੋ ਮਾੜਾ ਜੀ। ਆਹ ਵੇਖੋ ਗਲਾ ਤੋਰੋ, ਲੈ ਚਲੋ ਕਾਲੀ ਸ਼ਾਹ ਝੋਟੀ ਆ। ਉੱਧਰੋਂ ਆਈਆਂ ਬਾਈ ਜੀ ਸਾਰੀਆਂ ਜੀ? ਸਾਰੇ ਮਾਲ ਉੱਧਰ ਲਾ, ਕਿਉਂਕਿ ਹਰਿਆਣੇ ਤੋਂ ਲੈ ਕੇ ਆਉਂਦੇ ਬਾਈ ਹੁਣੀ, ਚੈੱਕ ਕਰੋ। ਹਾਂਜੀ ਫਿਰ ਭਾਈ ਮੁੱਲ ਤੇ 1-20 ਕਰ ਦੇ ਜੇ। ਹਾਂਜੀ 15 ਦੀ ਕਰ ਦੋ। ਕਰ ਦੋ ਜੈਜ ਹੋਰ। ਹਾਂਜੀ ਆਪੀ 10 ਦੀ ਹੁੰਦੀ। ਚਲੋ ਜਾਣ ਦੋ। ਆ ਵੇਖੋ ਭਾਈ ਸੀਸ ਲਾ ਕੇ ਦਿਖਾ। ਵਾ ਠੀਕ ਆ, ਨਹੀਂ ਠੀਕ ਠੀਕ ਆ ਠੀਕ ਆ, ਨਹੀਂ ਠੀਕ। ਅਰੇ ਭਾਈ 10 ਕਿਤੇ ਨਹੀਂ ਸੁਣਦੀ ਨਹੀਂ। ਨਹੀਂ ਨਹੀਂ ਸੁਣਦੀ ਭਾਜੀ, ਨਹੀਂ ਚੰਗਾ ਪਛਾਣ ਤੱਕ ਲਾਉਗੀ। ਹਾਂ ਲੈ ਕੇ ਜਾਓ। ਚਲੋ 1 ਦਾ ਜੇ ਕਰ ਦੇ ਮਾਨਤਨ ਹੋਰ। ਚਲੋ ਕੋਈ ਗੱਲ ਕਰ ਦੇ ਜੀ। ਤੇ ਆਹ ਜੀ ਨੀਲੀ ਨੀਲੀ ਝੋਟੀ ਆ ਗਈ, ਇਹ ਵੀ ਗੱਬਣਾ? ਇਹ ਭਾਜੀ ਗੱਬਣ ਜੀ। ਅੱਛਾ ਇਹ ਵੀ ਗੱਬਣੀ ਆ। ਭਾਜੀ 10 ਦਿਨ ਨਹੀਂ ਦੀ ਜੀ। ਲਓ ਜੀ ਆਹ ਦੇਖੋ, ਹਾਂਜੀ ਨੀਲੀ ਝੋਟੀ ਆ ਗਈ, ਨਾਲੇ ਗੱਬਣ ਝੋਟੀ ਦਾ ਨਿਸ਼ਾਨੀਆਂ ਸਾਰੀਆਂ। ਹਾਂਜੀ ਚਲੋ ਬਾਈ ਨੂੰ ਪਤਾ ਨਾ ਹੋਣਾ ਨਹੀਂ ਇਹ ਕਿਹੜੇ ਮਾਲੀ ਮੁੱਲੀ, ਪਰ ਬੜੀ ਝੋਟੀ ਚੰਗੀ ਆ, ਪਿਓਰ ਪਿਓਰ ਝੋਟੀ ਆ ਜੀ, ਪਿਓਰ ਸਾਰੇ ਨਿਸ਼ਾਨੇ ਨਾਲੇ। ਹਾਂਜੀ ਆਹ ਦੇਖੋ ਜੀ, ਦੂਜਾ ਸੂਆ ਜੀ, ਦੂਜਾ ਸੂਆ, ਦੂਜਾ ਸੂਆ ਝੋਟੀ ਆ। ਮਾਂ ਧੁਰ ਲਓ ਮਾੜੀ ਲੰਮੀ। ਆਹ ਦੇਖ ਆ ਜਾਓ ਲਿਓ, ਘੁਮਾਓ, ਮੂੰਹ ਦਿਖਾਓ ਪਹਿਲੋ ਭਾਜੀ, ਮੂੰਹ ਦਿਖਾਓ, ਇਹ ਥੱਲੇ ਕਰੋ। ਵਾਹ ਵਾਹ ਠੀਕ ਆ ਜੀ, ਐਂ ਰੱਖੋ, ਨਹੀਂ ਬਹੁਤ ਸੋਹਣੀ ਝੋਟੀ ਆ, ਕੁਆਲਿਟੀ। ਹਾਂਜੀ ਚਲੋ ਆ ਚੱਲਣ ਦੋ ਕਰਾਂ ਦੀ, ਠੀਕ ਆ। ਬਸ ਹਾਂਜੀ ਭਾਜੀ ਫਿਰ ਹਾਂਜੀ ਆਪੀ ਕਿੰਨਾ? 5 ਦੀ ਜਾਣ ਦੋ, 2 ਹੀ ਹੋਰ। ਚਲੋ ਭਾਈ ਠੀਕ, ਜਾਣ ਦੋ 1 ਤੇ ਬਸ। ਚਲੋ ਠੀਕ, ਉਹਦਾ ਠੰਡੀ ਸੀ। ਹਾਂ ਨਹੀਂ ਨਹੀਂ ਠੀਕ ਹੈ ਠੀਕ ਹੈ ਜੀ, ਪਿਓਰ ਜੀ, ਬਿਲਕੁਲ ਪਿਓਰ ਪਿਓਰ ਹੈ ਜੀ, ਪਿਓਰ 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 ਠੀਕ ਆ ਜੀ। ਇਹ ਜੀ ਆ ਭਾਈ ਜੀ, ਵੱਡੀ ਆਪਣੀ ਇਹ ਦੂਜਾ ਸੁਵਾਜ, ਇਹ ਵੀ ਕੱਪੜੀ ਆ? ਨਹੀਂ ਭਾਈ ਸੂਈ ਜੀ। ਅੱਛਾ ਇਹ ਆਪਣੇ ਘਰ ਦੀ ਝੋਟੀ ਆ? ਅੱਛਾ ਘਰ ਦੀ ਝੋਟੀ ਆ। ਹਾਂਜੀ ਹਾਂਜੀ। ਦੁੱਧ ਕਿੰਨਾ ਜੀ? ਦੁੱਧ ਭਾਈ ਹੁਣ ਆ ਜੇ 13 ਕਿਲੋ ਅੱਜ ਤੱਕ ਸਕਦੇ ਹੋ ਆਸਮੀ ਨੂੰ। ਠੀਕ ਆ,
ਤੇ ਬੱਚਾ ਮਗਰ ਜੀ ਅੱਛਾ ਕੱਟੀ ਮਗਰ ਆ ਪਰ ਚੰਗੀ ਝੋਟੀ ਭਾਜੀ ਨਾੜਾ ਨੂੜਾ ਬੜੀਆਂ ਚੜੇ ਦੇ ਬਾਕੀ ਨੇੜੇ ਵਿਖਾਉਂਦੇ ਤੁਹਾਨੂੰ ਬਸ ਚਾਨਣ ਅੱਛਾ ਖੜ ਜਾਓ ਮੇਰਾ ਪਿਸ਼ਾਬ ਕਰਨ ਠੀਕ ਆ ਹਾਂ ਨਹੀਂ ਚੰਗੀ ਆ ਜੀ ਇੱਕ ਮਿੰਟ ਰੁਕੋ ਜੀ ਮਾੜਾ ਇਹ ਆ ਦੇਖੋ ਚੱਡੇ ਨਾੜਾ ਸੂਲ ਦੇ ਘਰ ਲਾਈ ਫਿਰਦੇ ਚੱਡਾ ਤੇਰਾਂ ਕਿਲੋ ਬੋਲੇ ਦੀ ਹੈ ਨਾ ਜੀ ਵਾਹ ਠੀਕ ਆ ਤੇ ਬਾਜੀ ਫਿਰ ਇਹਦੀ ਕੀਮਤ ਆ ਹਾਂਜੀ ਚਲੋ ਇਹ ਵੀ ਨੀਲੀ ਆ ਗਈ ਰੱਖਾ ਹੈ ਨੀ ਹਨਾ ਗੱਬਣ ਹੈ ਜੀ ਇਹ ਵੀ ਦੁੱਧ ਕਿੰਨਾ ਜੀ ਸਾਢੇ ਬਾਰਾਂ ਤੇਰਾਂ ਕਿਲੋ ਇਹ ਕੱਟਾ ਮੈਨੂੰ ਕੱਟੀ ਜੀ ਹਾਂਜੀ ਹਾਂਜੀ ਬੋਲਾ ਹੀ ਬਣਦਾ ਕੱਟੀ ਮੈਂ ਹਾਂਜੀ ਕੱਟੀ ਕੱਟੀ ਆ ਹਨਾ ਅੱਛਾ ਚੈੱਕ ਕਰ ਲਓ ਕੋਈ ਨਹੀਂ ਫਿਰ ਨਹੀਂ ਪਤਾ ਲੱਗਦਾ ਬੱਚੇ ਵਾਲੇ ਆ ਹਾਂ ਦੇਖ ਚੁਆ ਚੁ ਵਧੀਆ ਲਓ ਲੈ ਚਲੋ ਆ ਠੀਕ ਆ ਤੇ ਬਾਜੀ ਬਰਿੰਦੀ ਕੀਮਤ ਆ ਇਹਦੀ ਭਾਈ ਕੀਮਤ ਲੱਖ ਕਰਦੇ ਨੇ ਹਾਂਜੀ 3000 ਛੱਡ ਦਿੰਦੇ ਆ 95 ਦੀ ਹਾਂਜੀ 2 ਹੀ ਹੋਰ 93 ਦੀ ਨਹੀਂ ਕੋਈ ਘਟਾ ਹੋਈ ਨਾ ਜੀ 95 ਫਿਰ ਹਾਂਜੀ 95 ਚਲ ਜਾਣ ਲੱਗੋ ਜਾਣ ਠੀਕ ਆ ਪਰਲਵੀ ਨੀਲੇ ਜੀ ਆਂਦੀ ਇਹ ਝੋਟੀ ਨਾ ਹਾਂਜੀ ਪਰਲਵੀ ਚੰਗੀ ਝੋਟੀ ਆ ਪਰਨੀ ਭਾਈ ਸਿਰਾ ਹੀ ਇਹਦੇ ਇਹ ਗੱਬਣਾ ਨਹੀਂ ਭਾਈ ਸੂਈ ਜੀ ਅੱਛਾ ਸੂਈ ਆ ਹਾਂਜੀ ਵਾਹ ਠੀਕ ਹੈ ਲਿਆਓ ਫਿਰ ਦੁੱਧ ਕਿੰਨਾ ਜੀ ਸਹੀ ਦੁੱਧ 14 ਕਿਲੋ ਹੈਗਾ ਅੱਛਾ ਬੋਲਾ ਜੀ ਲਓ ਜੀ 14 ਕਿਲੋ ਤੋਂ ਇਸ ਤਰ੍ਹਾਂ ਰੇਡੀ ਆ ਹੈ ਹਾਂ ਬਿਲਕੁਲ ਜੀ ਬਿਲਕੁਲ ਬੱਚਾ ਮਰ ਕੀ ਆ ਗਿਆ ਜੀ ਕੱਟਾ ਤੇ ਵੇਖ ਬਾਹਲੀ ਕੁਆਲਿਟੀ ਵਾਲੀ ਝੋਟੀ ਦਿਖਾਓ ਮੈਂ ਮੂੰਹ ਬੜੀ ਝੋਟੀ ਬਾਹਲੀ ਟੋਪ ਦੀ ਆ ਦੇਖ ਵੇਖ ਮੜਾ ਘੁਮਾਓ ਇੱਕ ਵਾਰੀ ਫਿਰ ਘੁਮਾਓ ਜੀ ਇੱਕ ਵਾਰ ਘੁਮਾਓ ਇਹ ਇੱਥੇ ਖੜੀ ਕਰੋ ਇੱਥੇ ਰੱਖੋ ਇੱਥੇ ਬਹਾਓ ਥੱਲੇ ਕਰੋ ਮੜਾ ਸਿੰਘ ਬਹਾਓ ਚਲੋ ਲੈ ਜਾਓ ਤੇ ਬਾਜੀ ਫਿਰ ਇਹਦੀ ਕੀਮਤ ਆ ਭਾਜੀ ਵੱਡੀ ਹੋਵੇ ਝੋਟੀ 2 ਲੱਖ ਤੋਂ ਘੱਟ ਨਹੀਂ ਮਿਲਦੀ ਹੈ ਹਾਂਜੀ ਪਰ ਅਸੀਂ ਹਿਸਾਬ ਦਾ ਹੀ ਕਰਨਾ ਕਿੰਨਾ 1.5 ਦੀ ਜਾਣ ਦਿੰਦੇ ਹੋਰ ਜਾਣ ਦੋ ਭਾਜੀ ਝੋਟੀ ਬੜੀ ਆ ਦੁੱਧ 16 ਕਿਲੋ 17 ਕਿਲੋ ਭਾਜੀ ਕੱਢੇਗੀ ਪਾਏਗੀ ਕਰ ਦੋ ਮਾਂ ਜੀ ਬੜੀ ਮੋਟੀ ਤੇ ਪੋਲੀ ਆਪੇ ਕਰ ਦੋ ਚਲੋ 5 ਜਾਣ ਦੋ 40 ਦੀ ਜਾਣ ਦੋ ਭਾਜੀ ਜਾਣ ਦੋ ਕੋਈ ਬਸ ਆਓ ਨਵਾਂ ਲਿਆਓ ਮਾਲਕ ਨਹੀਂ ਹਾਂ ਬਿਲਕੁਲ ਜੀ ਤੇ ਆਹਾ ਭਾਜੀ ਅੱਛਾ ਦੋ ਦੰਦ ਜੀ ਦੋ ਦੰਦ ਝੋਟੀ ਬੱਚਾ ਮਰ ਚੁੱਕਿਆ ਤੇ ਪਰ ਕੱਲ ਮੜਿਆ ਵਾ ਤੇ
ਅੱਛਾ ਕਿੰਨੇ ਟਾਈਮ ਕਿੰਨਾ ਹੋ ਗਿਆ ਸੂਈ ਨੂੰ? ਬਾਈ ਜੀ ਸੂਈ ਨੂੰ ਟਾਈਮ ਕਿੰਨਾ ਹੋ ਗਿਆ? ਪੱਚੀ ਦਿਨ ਹੋ ਗਏ। ਲਓ ਜੀ ਪੱਚੀ ਦਿਨ ਅੱਛਾ 11 ਕਿਲੋ ਠੀਕ ਆ। ਭੂਸ਼ੀ ਜੀ ਬਣਾਈ ਹੈ ਕਿ ਨਹੀਂ ਦੀ? ਫਿਰ ਟੀਕਾ ਲੈਂਦੀ ਹੋਊਗੀ? ਟੀਕਾ ਲੈਂਦੀ ਆ? ਪਹਾੜੇ ਦੇ ਹੀ ਆ ਲਓ ਜੀ। ਬਾਕੀ ਜਾ ਕੇ ਗਾਂ ਲੈ ਵੀ ਸਕਦੀ ਆ। ਹਾਂ ਨਹੀਂ ਚੰਗੀ ਝੋਟੀ ਹੈ ਜੀ। ਆ ਜਾਓ ਆ ਦਿਖਾਓ ਮਾੜਾ ਮੂੰਹ। ਨਹੀਂ ਬਹੁਤ ਚੱਲਣ ਤਾਂ ਕਰੇ ਨਾ ਯਾਰ, ਹੁਣ ਰੇੜੇ ਬਾਈ ਨੇ ਜਾਇਜ਼ ਪਸ਼ੂ ਬੜੇ ਚੰਗੇ, ਨਾਲੇ ਨਸਲਾਂ ਪੂਰੀਆਂ ਲੈ ਕੇ ਆਉਂਦੇ ਜਿੱਥੋਂ ਵੀ ਕੱਢ ਕੇ ਲੈ ਕੇ ਆਉਂਦੇ ਆ। ਆਹ ਦੇਖੋ ਆਹ ਫੜ ਲਿਆ ਕਰੋ। ਚਲੋ ਹਾਂਜੀ ਭਾਈ ਜੀ ਬੋਲੋ ਫਿਰ। ਹਾਂਜੀ ਨੱਬੇ ਜਾਣ ਦੋ ਜਾਣ ਦੋ ਜਾਣ ਦੋ ਠੀਕ ਆ। ਨਹੀਂ ਬਹੁਤ ਸੋਹਣੀ ਝੋਟੀ ਹੈ ਜੀ। ਹਾਂ ਆਹ ਦੇਖ ਲਓ। ਨਹੀਂ ਸੀ ਸੀਲ ਚੰਗੀ ਹੈ। ਚਲੋ ਠੀਕ ਪਰਲੀ ਜੀ ਇਹ ਕੱਪੜਾ ਇਹ ਵੀ ਸੂਈ। ਦੁੱਧ ਕਿੰਨਾ ਜੀ? ਦਸ ਕਿਲੋ ਦੁੱਧ ਆ ਠੀਕ। ਇਹ ਵੀ ਦੋ ਦਾਨ ਝੋਟੀ ਬੱਚਾ ਮਗਰ ਜੀ ਕੱਟਾ ਮਗਰ ਆ ਗਿਆ ਤੇ ਦੋ ਦਾਨ ਝੋਟੀ ਨਾਲੇ ਵੱਡੀ ਝੋਟੀ ਜੀ। ਇਹ ਵੀ ਸੋਹਣੀਆਂ ਝੋਟੀਆਂ ਸਾਰੀਆਂ ਜੀ। ਆਹ ਦੇਖੋ ਚੈੱਕ ਕਰੋ ਪ੍ਰੋਪਰ ਚੈੱਕ ਕਰੋ। ਆ ਜਾਓ ਦਿਖਾਓ ਬਾਠੀ ਜੱਤ ਵਾਲੀ ਝੋਟੀ ਨਾਲੇ ਪੂਰੀ ਸੋਹਣੀ ਸੁਨੱਖੀ ਝੋਟੀ ਹੈ ਬਾਕੀ। ਹਾਂ ਠੀਕ ਆ ਚੱਲਣ ਦੋ ਜੀ। ਅਤੇ ਬਾਈ ਜੀ ਫਿਰ ਜੀ ਕੀਮਤ ਆ? ਪਰਲੀ ਵੀ ਸੂਈ ਆ ਠੀਕ ਆ। ਅੱਛਾ ਇਹਦੇ ਬੱਚਾ ਮਰ ਗਿਆ। ਅੱਛਾ ਟੀਕਾ ਲੈਂਦੀ ਹੈ ਜੀ। ਹਾਂਜੀ ਦੁੱਧ ਕਿੰਨਾ ਜੀ? ਬਾਰਾਂ ਕਿਲੋ ਦੁੱਧ ਆ ਜੀ ਪਰ ਟੀਕਾ ਲੈਂਦੇ ਆ। ਆ ਦੇ ਲਓ ਬੋਲਾ ਹੀ ਹੈ ਜੀ ਬੋਲਾ ਜੀ ਬੋਲਾ ਜੀ ਬੋਲਾ ਜੀ ਠੀਕ ਆ ਬਾਈ ਠੀਕ ਆ ਜੀ। ਹਾਂ ਆ ਦੇ ਇੱਕ ਮਿੰਟ ਹੋ ਗਿਆ ਬਾਈ ਜੀ ਇੱਕ ਮਿੰਟ ਹੋ ਗਿਆ ਜੀ। ਇਹ ਆ ਦੇ ਚੱਡੇ ਨਾੜਾ। ਹਾਂ ਨਹੀਂ ਪੂਰਾ ਜਾਲ ਬਣਿਆ ਪਿਆ ਜੀ। ਚਲੋ ਤੋਰੋ ਨਾਲੇ ਵੱਡੀ ਟੀਕਾ ਤਾਂ ਫਿਰ ਤੁਹਾਨੂੰ ਪਤਾ ਲੈਣਾ ਹੀ ਹੈ ਤਾਜ਼ੀ ਆ। ਆ ਜਾਓ ਆ ਜਾਓ ਦਿਖਾਓ ਮੂੰਹ ਮਾੜਾ ਤੇ ਇਹਦੀ ਫਿਰ ਕਿਵੇਂ ਲਾਸਟ ਪੀਸ ਹੀ ਆ ਲਾਸਟ ਪੀਸ ਜਾਣ ਦੇ ਫਿਰ ਭਾਈ। ਉਦਾਂ ਝੋਟੀ ਦਾ ਹੈ ਜੀ 1-10-12 ਦੀ ਆ ਪਰ ਬੱਚਾ ਮਰ ਗਿਆ ਵਾ। ਚਲੋ ਪੂਰੇ ਦੀ ਹੋਣ ਦੋ ਲੱਖ ਦੀ। ਹਾਂਜੀ ਹੋਰ ਛੱਡ ਦੋ। ਚਲੋ 2 ਛੱਡ ਦਿੰਦੇ ਆ ਜਾਣ ਦੋ। ਚਲੋ ਚਲੋ ਬਾ ਠੀਕ ਆ ਹਾਂਜੀ 97 ਜਾਣ ਦੋ ਛੱਡੋ ਚਲੋ ਬਿਲਕੁਲ ਜੀ। ਚਲੋ ਜੀ ਦੇਖੋ ਜੀ ਤੇ ਬੱਚੇ ਮੇ ਆ ਆ ਗਏ ਜੀ। ਆਹ ਦੇਖੋ ਆ ਆ ਗਏ ਬੱਚੇ ਬਿਲਕੁਲ ਗਿੱਲੇ ਨਾੜੂ ਬੱਚੇ ਆ ਪਰ ਮੇਰਾ ਵੀਰੇ ਚੁਆਈ ਕਰਕੇ ਚੈੱਕ ਕਰਕੇ ਪਾਸ ਰੱਖਣਾ ਜੀ। ਹਾਂਜੀ ਆਰੇ ਤੋਂ ਸਲੀ ਲੈਣੇ ਟਾਈਮ ਚੋ ਆ ਕੇ ਤੇ ਫੇਰ ਲਓ। ਹਾਂਜੀ ਠੀਕ ਹੈ ਬੋਲੋ ਜੀ ਨੰਬਰ 9961-82 ਠੀਕ ਆ ਪਿੰਡ ਬਹਾਦਰਪੁਰ ਹਾਂਜੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ।